15 ਇੰਚ ਕਮਿਸ਼ਨ ਤੇ ਕਮੇਟੀਆਂ ਬਣੀਆਂ ਤੇ 12 ਕੇਸਾਂ ਦੇ ਵਿੱਚ, ਕੇਸਾਂ 'ਚ ਮੁਲਜ਼ਮ ਜ਼ਿਆਦਾ ਨੇ 50 ਦੇ ਕਰੀਬ ਹੈ, ਪਰ 12 ਕੇਸਾਂ ਵਿੱਚ ਜੋ ਕਤਲ ਦੇ ਕੇਸਾਂ ਸਜ਼ਾ ਹੋਈ ਹੈ। ਜਦੋਂ ਕਿ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ 'ਚ 2733 ਬੰਦਿਆਂ ਨੂੰ ਔਰ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਕਿ ਪੁਲਿਸ ਨੇ ਕਿਵੇਂ ਇਹਨਾਂ ਨੂੰ ਦੋਸ਼ੀਆਂ ਨੂੰ ਬਚਾਇਆ, ਪੁਲਿਸ ਨੇ ਕਿਵੇਂ ਮਾਰਨ ਦੇ ਵਿੱਚ ਇਹਨੇ ਮਦਦ ਕੀਤੀ, ਪਰ ਉਹ ਜਦੋਂ ਕੋਰਟ ਕਚਹਿਰੀਆਂ ਜਾਂਦਾ ਸੀ ਉਹ ਸਾਰਾ ਗਿਆ। ਔਰ ਜੱਜਾਂ ਨੂੰ ਸਾਰਿਆਂ ਨੂੰ ਪਤਾ, ਉਹਦੇ ਬਾਵਜੂਦ ਵੀ ਜਦੋਂ ਇਨਸਾਫ ਨਹੀਂ ਮਿਲਿਆ ਤੇ ਜੁਡੀਸ਼ਰੀ ਦੀ ਹੈੱਡ ਆ ਸੁਪਰੀਮ ਕੋਰਟ ਨੂੰ ਇਹ ਪੀੜਤਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜੋ ਵੈਸੇ ਤਾਂ ਸੁਪਰੀਮ ਕੋਰਟ ਬੜੀ ਐਕਟਿਵ ਆ ਆਮ ਮਾਮਲਿਆਂ ਵਿੱਚ, ਪਰ ਜਦੋਂ 1984 ਦਾ ਕੇਸ ਆ ਗਿਆ ਤਾਂ ਉਹਦੇ ਸੁਪਰੀਮ ਕੋਰਟ ਦਾ ਐਕਟਿਵਿਜ਼ਮ ਗਾਇਬ ਹੋ ਗਿਆ ਜੀ। 2018 'ਚ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਹੋਈ, ਇੱਕ ਉਹਦੇ ਨਾਲ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਹ 2018 ਦੇ ਵਿੱਚ ਹੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ, ਇੱਕ MLA ਨੂੰ ਉਮਰ ਕੈਦ ਦੀ ਸਜ਼ਾ ਹੋਈ, ਇੱਕ ਕੌਂਸਲਰ ਨੂੰ ਉਮਰ ਕੈਦ ਦੀ ਸਜ਼ਾ ਹੋਈ, ਅਤੇ ਨਾਲ ਹੁਣ ਆ ਕੇ ਅਟੈਚਡ ਦੇ ਅਗੇਂਸਟ ਕਤਲ ਦਾ ਮੁਕੱਦਮਾ ਚੱਲਿਆ। ਇਹ ਜੋ ਕਤਲੇਆਮ ਕਰਾਇਆ ਨਾ, ਇਹ ਡੀਪ ਸਟੇਟ ਨੇ ਕਰਵਾਇਆ, ਇਹ ਇੰਟੈਲੀਜੈਂਸ ਏਜੰਸੀਆਂ ਨੇ ਕਰਾਇਆ, ਕਾਂਗਰਸ ਵਾਲ ਨੂੰ ਅੱਗੇ ਲਗਾਇਆ, ਪਲੈਨਿੰਗ ਤਾਂ ਉਹਨਾਂ ਨੇ ਕੀਤੀ ਆ, ਸਿੱਖਾਂ ਦੇ ਕਰਨ ਦੀਆਂ ਲਿਸਟਾਂ ਤਾਂ ਉਹਨਾਂ ਨੇ ਦਿੱਤੀਆਂ, ਜੋ ਪਾਊਡਰ ਸੀ ਪਲੇਨ ਫਿਲਮ ਉਹ ਤਾਂ ਉਹਨਾਂ ਨੇ ਦਿੱਤਾ, ਪਲੈਨਿੰਗ ਸਾਰੀ ਉਹਨਾਂ ਨੇ ਕੀਤੀ, ਤਾਂ ਉਹ ਡੀਪ ਸਟੇਟ ਇਹਨਾਂ ਨੂੰ ਬਚਾਉਂਦੀ ਰਹੀ। ਬਲਕਿ 3000-4000 ਬੰਦਾ ਮਾਰਤਾ ਤੇ 25-30 ਕੇਸਾਂ ਵਿੱਚ ਸਜ਼ਾ ਹੋਗੀ, ਕਿਹੜਾ ਇਨਸਾਫ ਹੋਇਆ ਹੋਗਾ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, 1984 ਦੀ ਸਿੱਖ ਨਸਲਕੁਸ਼ੀ ਦਾ ਜੇਕਰ ਜ਼ਿਕਰ ਕਰ ਲਈਏ ਤਾਂ 40 ਸਾਲ ਉਸ ਨੂੰ ਹੋ ਚੁੱਕੇ ਨੇ, ਪਰ ਅੱਜ ਵੀ ਇਨਸਾਫ ਨੂੰ ਲੈ ਕੇ ਗੁਹਾਰ ਜ਼ਰੂਰ ਲਾਈ ਜਾ ਰਹੀ ਹੈ। ਬੇਸ਼ੱਕ ਕਈ ਕਮਿਸ਼ਨ ਬਣੇ, ਕਈ SIT-ਆਂ ਬਣੀਆਂ, ਲੇਕਿਨ ਉਸ ਤੋਂ ਬਾਅਦ ਵੀ ਇਨਸਾਫ ਦੀ ਇੰਤਜ਼ਾਰ ਅੱਜ ਵੀ ਬਹੁਤ ਸਾਰੀਆਂ ਅੱਖਾਂ ਕਰ ਰਹੀਆਂ ਨੇ। ਇਹਨਾਂ ਮਾਮਲਿਆਂ ਤੇ ਜਦੋਂ ਅਸੀਂ ਪੈਰਵਾਈ ਦੀ ਗੱਲ ਕਰਦੇ ਹਾਂ ਤਾਂ HS ਫੁਲਕਾ ਜਿਹੜੇ ਕਿ ਸੀਨੀਅਰ ਵਕੀਲ ਨੇ, ਉਹ ਬੜੇ ਜ਼ੋਰ ਸ਼ੋਰ ਨਾਲ ਪੈਰਵਾਈ ਕਰਦੇ ਨੇ। HS ਫੁਲਕਾ ਸਾਡੇ ਨਾਲ ਨੇ। ਫੁਲਕਾ ਸਾਹਿਬ, ਸਿੱਖ ਨਸਲਕੁਸ਼ੀ ਨੂੰ 40 ਸਾਲ ਪੂਰੇ ਹੋ ਚੁੱਕੇ ਨੇ, ਬੇਸ਼ੱਕ ਅਸੀਂ ਗੱਲ ਕਰ ਲਈਏ ਕਿ ਕਈ ਤਰ੍ਹਾਂ ਦੀਆਂ SIT, ਕਈ ਤਰ੍ਹਾਂ ਦੇ ਕਮਿਸ਼ਨ ਬਣ ਗਏ, ਪਰ ਜਿੰਨੀਆਂ ਕਮਿਸ਼ਨਾਂ ਬਣੀਆਂ, ਜਿੰਨੇ ਸਿੱਟ ਬਣੇ, ਉਹ ਤੋਂ ਕਿਤੇ ਘੱਟ ਗਿਣਤੀ ਦੇ ਵਿੱਚ ਮੁਲਜ਼ਮਾਂ ਨੂੰ ਅੱਜ ਤੱਕ ਸਜ਼ਾ ਹੋਈ ਹੈ। 15 ਕਮਿਸ਼ਨ ਤੇ ਕਮੇਟੀਆਂ ਬਣੀਆਂ ਤੇ 12 ਕੇਸਾਂ ਦੇ ਵਿੱਚ, ਕੇਸਾਂ 'ਚ ਮੁਲਜ਼ਮ ਜ਼ਿਆਦਾ ਨੇ 50 ਦੇ ਕਰੀਬ ਹੈ, ਪਰ 12 ਕੇਸਾਂ ਵਿੱਚ ਜੋ ਕਤਲ ਦੇ ਕੇਸਾਂ ਸਜ਼ਾ ਹੋਈ ਹੈ। ਜਦੋਂ ਕਿ ਸਰਕਾਰੀ ਅੰਕੜਿਆਂ ਮੁਤਾਬਕ ਦਿੱਲੀ 'ਚ 2733 ਬੰਦਿਆਂ ਨੂੰ ਔਰ ਸਿੱਖਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਜਦੋਂ, ਪਰ ਫਿਰ ਵੀ ਦੇਖੋ ਇਹ ਤੁਸੀਂ ਇਹ ਹਾਲਤ ਆ। ਕਮਿਸ਼ਨ ਕਮੇਟੀ, ਜੋ ਕਮਿਸ਼ਨ ਕਮੇਟੀ ਉਹ ਕਹਿੰਦੀ ਆ ਕਿ ਪੁਲਿਸ ਨੇ ਕਿਵੇਂ ਇਹਨਾਂ ਨੂੰ ਦੋਸ਼ੀਆਂ ਨੂੰ ਬਚਾਇਆ, ਪੁਲਿਸ ਨੇ ਕਿਵੇਂ ਮਾਰਨ ਦੇ ਵਿੱਚ ਇਹਨੇ ਮਦਦ ਕੀਤੀ, ਪਰ ਉਹ ਜਦੋਂ ਕੋਰਟ ਕਚਹਿਰੀਆਂ ਜਾਂਦਾ ਸੀ ਉਹ ਸਾਰਾ ਗਿਆ। ਇਸੇ ਕਰਕੇ ਅਸੀਂ ਕਿਹਾ ਕਿ ਸਿਰਫ ਸਿੱਖਾਂ ਦਾ ਕਤਲ ਹੀ ਨਹੀਂ ਹੈ, ਦੇਸ਼ ਦੇ ਨਾਗਰਿਕਾਂ ਦਾ ਕਤਲ ਹੀ ਨਹੀਂ ਹੈ, ਉਸ ਤੋਂ ਮਗਰੋਂ ਇਹ ਦੇਸ਼ ਦੇ ਕਾਨੂੰਨ ਦਾ ਵੀ ਕਤਲ ਆ, ਇਨਸਾਫ ਦਾ ਵੀ ਕਤਲ ਆ ਜੋ ਅੱਜ ਤੱਕ ਚੱਲ ਰਿਹਾ। ਔਰ ਦੂਸਰੀ ਗੱਲ, ਬੜੀ ਇਹ ਅਫਸੋਸ ਦੀ ਗੱਲ ਆ ਕਿ ਸਾਰਾ ਕੁਛ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਆਸੇ ਪਾਸੇ ਹੀ ਹੋਇਆ, ਉੱਥੇ ਹੀ ਹੋਇਆ, ਔਰ ਜੱਜਾਂ ਨੂੰ ਸਾਰਿਆਂ ਨੂੰ ਪਤਾ, ਉਹਦੇ ਬਾਵਜੂਦ ਵੀ ਜਦੋਂ ਇਨਸਾਫ ਨਹੀਂ ਮਿਲਿਆ ਤੇ ਜੁਡੀਸ਼ਰੀ ਦੀ ਹੈੱਡ ਆ ਸੁਪਰੀਮ ਕੋਰਟ ਨੂੰ ਇਹ ਪੀੜਤਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜੋ ਵੈਸੇ ਤਾਂ ਸੁਪਰੀਮ ਕੋਰਟ ਬੜੀ ਐਕਟਿਵ ਆ ਆਮ ਮਾਮਲਿਆਂ ਵਿੱਚ, ਪਰ ਜਦੋਂ 1984 ਦਾ ਕੇਸ ਆ ਗਿਆ ਤਾਂ ਉਹਦੇ ਸੁਪਰੀਮ ਕੋਰਟ ਦਾ ਵੀ ਐਕਟਿਵਿਜ਼ਮ ਗਾਇਬ ਹੋ ਗਿਆ ਜੀ। 33 ਸਾਲ ਬਾਅਦ ਸੁਪਰੀਮ ਕੋਰਟ ਨੇ ਥੋੜ੍ਹਾ ਜਿਹਾ ਜੋ ਐਕਟਿਵਿਜ਼ਮ ਦਿਖਾਇਆ। ਜਨਵਰੀ 2018 ਵਿੱਚ ਸੁਪਰੀਮ ਕੋਰਟ ਨੇ SIT ਬਣਾਈ, ਨਵੇਂ ਵਾਲੀ ਕੇਸ ਜੋ ਬੰਦ ਕੀਤੇ ਸੀ ਉਹਨਾਂ ਨੂੰ ਇਨਵੈਸਟੀਗੇਟ ਕਰਨ ਵਾਸਤੇ। ਉਹਦਾ ਅਸਰ ਦੇਖੋ, 2018 'ਚ ਹੀ ਇੱਕ ਬੰਦੇ ਨੂੰ ਮੌਤ ਦੀ ਸਜ਼ਾ ਹੋਈ, ਇੱਕ ਉਹਦੇ ਨਾਲ ਦੂਜੇ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਹ 2018 ਦੇ ਵਿੱਚ ਹੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ, ਇੱਕ MLA ਨੂੰ ਉਮਰ ਕੈਦ ਦੀ ਸਜ਼ਾ ਹੋਈ, ਇੱਕ ਕੌਂਸਲਰ ਨੂੰ ਉਮਰ ਕੈਦ ਦੀ ਸਜ਼ਾ ਹੋਈ, ਅਤੇ ਨਾਲ ਹੁਣ ਆ ਕੇ ਅਟੈਚਡ ਦੇ ਅਗੇਂਸਟ ਕਤਲ ਦਾ ਮੁਕੱਦਮਾ ਚੱਲਿਆ। ਬਲਕਿ ਜੇ ਸੁਪਰੀਮ ਕੋਰਟ ਨੇ ਇਹ ਕੋਸ਼ਿਸ਼ ਪਹਿਲਾਂ ਕੀਤੀ ਹੁੰਦੀ ਤਾਂ ਅੱਜ ਕਾਫ਼ੀ ਅੱਗੇ ਅਸੀਂ ਹੋਰ ਵੀ ਬੰਦਿਆਂ ਨੂੰ ਸਜ਼ਾ ਦਿਵਾਉਣ 'ਚ ਕਾਮਯਾਬ ਹੋਏ ਹੁੰਦੇ। ਪਰ ਇਹ ਜਿਹੜਾ ਐਫਰਟਸ ਨੇ, ਇਹ ਸਿਆਸੀ ਜ਼ਮੀਨ 'ਤੇ ਹੁਣ ਵੀ ਬਿਹਤਰ ਸੀ। ਬੇਸ਼ੱਕ ਕਾਂਗਰਸ 'ਤੇ ਦੋਸ਼ ਲੱਗਦੇ ਰਹੇ, ਕਾਂਗਰਸ ਤੋਂ ਸ਼ਾਇਦ ਉਹ ਜਿਹੀਆਂ ਉਮੀਦਾਂ ਨਹੀਂ ਰੱਖੀਆਂ ਜਾ ਸਕਦੀਆਂ ਸੀ, ਪਰ ਸੂਬਾ ਦੀ ਖੇਤਰੀ ਪਾਰਟੀ ਤੋਂ ਵੀ ਉਮੀਦਾਂ ਬਹੁਤ ਸੀ। ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਿਆਸੀ ਜ਼ਮੀਨ 'ਤੇ ਉਸ ਆਧਾਰ ਦੇ ਨਾਲ, ਉਸ ਪੁਰਜ਼ੋਰ ਦੇ ਨਾਲ ਇਹ ਚੀਜ਼ਾਂ ਦੀ ਪੈਰਵਾਈ ਨਹੀਂ ਕੀਤੀ? ਦੇਖੋ, ਗੱਲ ਮੈਂ ਤੁਹਾਨੂੰ ਦੱਸਾਂ, ਪਹਿਲੀ ਗੱਲ ਤਾਂ ਜਿੰਨੀਆਂ ਸਾਨੂੰ ਉਮੀਦਾਂ ਸੀ, ਜਿਹੜੀਆਂ ਕਾਂਗਰਸ ਓਪੋਜੀਸ਼ਨ ਪਾਰਟੀਆਂ ਆਈਆਂ, ਜਿੰਨੀਆਂ ਉਮੀਦਾਂ ਸੀ ਉਹ ਓਨੀਆਂ ਪੂਰੀਆਂ ਨਹੀਂ ਹੋਈਆਂ। ਪਰ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਨਾ, ਉਹ ਵੀ ਜੋ ਇਹ, ਕਿਉਂਕਿ ਜੋ ਕਤਲੇਆਮ ਕਰਾਇਆ ਨਾ, ਇਹ ਡੀਪ ਸਟੇਟ ਨੇ ਕਰਵਾਇਆ,
इंटेलीजेंस एजेंसियां ने कराया, कांग्रेस वाले अगे लगाया, प्लानिंग तो उन्होंने की है, सिखा के घर दिन लिस्टा तो उन्होंने दिखाई, जो पाउडर से प्लेन फ्लेवर वो तो उन्होंने दिता, प्लानिंग सारी उन्होंने की, तो डीप स्टेट इन्होंने बचा रही। उसे का नतीजा सी कि बीपी सिंह जो सरकार से सज्जन कुमार को गिरफ्तार कर ली, जो सीबीआई सज्जन कुमार के घर गई उदो सीबीआई की टीम उत्थे होस्टेज बना लिया, बंदी बना लिया, सीबीआई दा जीपां जलातियां, जे सज्जन कुमार उत्थे अंदर ना होंदा तो घर नूं अग वी ला के उन्हां नूं वी छाड़ दिंदे। इत्थों तक हाल सी, पुलिस उत्थे मौजूद सी आसे पासे, पुलिस ने कुछ नहीं किया, बिल्कुल कोई हैल्प नहीं की, बल्कि ए गल ए डॉक्यूमेंटेड आ, जजमेंट दे विच वी आई आ। हुण इह सज्जन कुमार दी जजमेंट वी, जो सज्जन कुमार दे वकील कहिंदे सी कि जी ओपोजिशन दीआं सरकारां वी आईआं साडे खिलाफ कुछ नहीं लभिया, ते उदों मैं जदों दिखाया कि जी आह तां ओपोजिशन दे विच हाल सी, उदों इह जस्टिस मुरलीधर ने सज्जन कुमार नूं सज़ा दिंदे होए अपनी जजमेंट विच लिखिया कि ओपोजिशन दे वेले वी जेकर इहनां दा इन्ना जोर सी कि सीबीआई नूं अपनी जान बचाउणी मुश्किल हो गई, तां तुसीं पीड़ितां नूं बेचारां नूं की उम्मीद रखदे हो। हुण इह पीड़ित तुसीं देखो जी, जिहड़ा सज्जन कुमार दे खिलाफ केस चल रहा है, केस तां जी जो जेल च उहदा है, दरप्रीत जगशेर कौर ते जगदीश कौर ने, जगशेर सिंह ते जगदीश कौर ने, जिहड़ा दूजा केस चल रहा है उह च शीला कौर आ, ਉਹ ਲੋਕਾਂ ਦੇ ਘਰਾਂ ਚ ਭਾਂਡੇ ਮਾਂਜਦੀ ਆ, ਅੱਜ ਵੀ ਭਾਂਡੇ ਮਾਂਜਦੀ ਆ। ਹੁਣ ਜਦੋਂ ਮੈਂ ਪਿੱਛੇ ਜੇ ਬਿਆਨ ਦਿੱਤਾ ਤੇ ਉਦੋਂ ਉਹਨਾਂ ਨੇ ਐਚਈਪੀਸ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਉਹਨਾਂ ਦੀ ਮਦਦ ਕਰਾਂਗੇ। ਹੁਣ ਦੂਜੀ ਜਿਹੜੀ ਹੈ ਟਾਈਟਲ ਦੇ ਖਿਲਾਫ ਜਿਹੜੀ ਕੇਸ ਲੜ ਰਹੀ ਆ, ਜਿਹਦੇ ਚ ਨਵਕਿਰਨ ਸਿੰਘ ਚੰਡੀਗੜ੍ਹ ਦੇ ਐਡਵੋਕੇਟ ਉਹ ਰਿਪ੍ਰੈਜੈਂਟ ਕਰਦੇ ਰਹੇ ਸੀ ਉਹਨੂੰ ਪਹਿਲਾਂ, ਹੁਣ ਮੈਂ ਕਰ ਰਿਹਾ, ਤੇ ਉਹ ਸਕੂਲ ਸਰਕਾਰੀ ਸਕੂਲ ਚ ਪ੍ਰੈਸੀ ਦੀ ਨੌਕਰੀ ਕਰਦੀ ਹੈ, ਬਲਕਿ ਇਹ ਤਾਂ ਹਾਲ ਆ ਇੱਥੇ ਇਹ, ਬਲਕਿ ਇਹ ਤੁਸੀਂ ਦੇਖੋ ਇਹ ਪੀੜਤ ਵਿਚਾਰੇ ਜੋ ਬੜੇ ਜੋ ਲੋ ਸਟ੍ਰੈਟਾ ਆਫ ਸੋਸਾਇਟੀ ਉੱਥੋਂ ਆ ਕੇ ਉੱਥੋਂ ਉੱਠ ਕੇ ਆ ਕੇ ਉਹ ਇਹ ਕੇਸ ਲੜ ਰਹੇ ਆ। ਜ਼ਿੰਮੇਵਾਰੀ ਤਾਂ ਸਰਮੌਰ ਸੰਸਥਾਵਾਂ ਦੀਆਂ ਸੀ, ਇਸ ਜ਼ਿੰਮੇਵਾਰੀ ਮਤਲਬ ਕਿਤੇ ਨਾ ਕਿਤੇ ਉਹਨੂੰ ਸੰਭਾਲਣ ਦਾ ਕੰਮ SGPC ਜਾਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਜਾਂ ਹੋਰ ਕਮੇਟੀਆਂ ਨੇ, ਜਿਨ੍ਹਾਂ ਦੇ ਸ਼ਾਇਦ ਇੱਕ ਵੱਡੀ ਵਾਗਡੋਰ ਵੀ ਹੈ ਸਿੱਖਾਂ ਨੂੰ ਅੱਗੇ ਵਧਾਉਣ ਦੀ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਸਾਡੀਆਂ ਸੰਸਥਾਵਾਂ ਦਾ ਰੋਲ ਡਿਫਰੈਂਟ ਡਿਫਰੈਂਟ ਰਿਹਾ, ਕਈ ਤਾਂ ਪ੍ਰਧਾਨ ਐਸੇ ਆਏ ਜਿਨ੍ਹਾਂ ਨੇ ਇਹਨਾਂ ਨੂੰ ਸਜ਼ਾ ਦਵਾਉਣ ਲਈ ਕੰਮ ਕੀਤਾ, ਕਈ ਪ੍ਰਧਾਨ ਐਸੇ ਆ ਜਿਨ੍ਹਾਂ ਨੇ ਉਹਨਾਂ ਨੂੰ ਸਰੋਪੇ ਦਿੱਤੇ, ਮੁਲਜ਼ਮਾਂ ਨੂੰ ਸਰੋਪੇ ਦਿੱਤੇ। ਹੁਣ ਵਿਚਾਰੇ ਪੀੜਤਾਂ ਦੇ ਉੱਤੇ ਇਹਦਾ ਵਿਚਾਰੀਆਂ 'ਤੇ ਕੀ ਅਸਰ ਪਊਗਾ? ਟਾਈਟਲ ਦਾ ਜੋ ਕੇਸ ਚਲਾਇਆ, ਟਾਈਟਲ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਹਲਾਦ ਸਿੰਘ ਚਡਿਓਕ ਨੇ ਸਰੋਪੇ ਦਿੱਤੇ, ਅਖਬਾਰਾਂ 'ਚ ਫੋਟੋਆਂ ਆਈਆਂ, ਬਲਕਿ ਇਹ ਤੱਕ ਵੀ ਹਾਲ ਰਹੇ ਆ। 40 ਸਾਲ ਤੱਕ ਇਨਸਾਫ ਪੂਰੀ ਰੂਪ 'ਚ ਨਹੀਂ ਮਿਲਿਆ, ਕੀ ਉਮੀਦ ਕਰਦੇ ਹੋ? ਤੁਸੀਂ ਇੱਕ ਦਸਤਾਵੇਜ਼ੀ ਫਿਲਮ ਬਣਾਈ ਹੈ ਇਸ ਉੱਪਰ, 3-4 ਪਾਰਟ ਦੇ ਵਿੱਚ ਬਣਾਈ ਹੈ, ਕੀ ਉਮੀਦ ਕਰਦੇ ਹੋ ਕਦੇ ਲੋਕਤੰਤਰ ਦੀ ਇਸ ਮੁੱਖ ਧਾਰਾ ਦੇ ਨਾਲ ਜੁੜੇ ਹੋਏ ਲੋਕਾਂ ਤੱਕ ਜਾਂ ਇਸ ਪੂਰੇ ਸਿਸਟਮ ਦੇ ਵਿੱਚ ਕਦੇ ਇਹ ਕਤਲੇਆਮ ਦਾ ਇਨਸਾਫ ਪੂਰਨ ਰੂਪ 'ਚ ਮਿਲ ਪਾਏਗਾ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ, ਮਿਲੇਗਾ ਜਾਂ ਨਹੀਂ ਮਿਲੇਗਾ ਇਹ ਮੈਂ ਸ਼ੁਰੂ ਤੋਂ ਮੈਨੇ ਸਵਾਲ ਪੁੱਛਿਆ ਜਾ ਰਿਹਾ ਪਿਛਲੇ 39 ਸਾਲ ਤੋਂ। ਮੈਂ ਕਹਿੰਦਾ ਜਾਂ ਇਹ ਜੱਜ ਨੂੰ ਪਤਾ ਜਾਂ ਰੱਬ ਨੂੰ ਪਤਾ, ਮੈਂ ਆਪਣੀ ਡਿਊਟੀ ਕਰ ਰਿਹਾ, ਮੈਂ ਲੜ ਰਿਹਾ। ਹੁਣ ਮੈਂ ਲੜ ਕਿਉਂ ਰਿਹਾ? ਉਹਦੇ 2 ਚੀਜ਼ਾਂ। ਪਹਿਲੀ ਗੱਲ ਤਾਂ ਜਿੰਨੀ ਦੇਰ ਉਹ ਭਾਈ ਉਹ ਪੀੜਤ ਖੜੇ ਆ, ਉਹ ਜਿਹੜੀ ਸਕੂਲ 'ਚ ਚਪੜਾਸੀ ਨੌਕਰੀ ਕਰਦੀ ਹੈ ਉਹ ਖੜੀ ਆ, ਅਤੇ ਮੈਂ ਨਾ ਖੜਾ ਉਹਦੇ ਨਾਲ, ਮੈਂ ਨਾ ਖੜਾ ਉਹਦੇ ਨਾਲ, ਉਹ ਅਜੇ ਵੀ ਖੜੀ ਆ। ਅਤੇ ਉਹਦਾ ਜਿਹੜੇ ਹੁਣ ਕਹੀ ਜਾਂਦਾ ਨਾ ਭੁੱਲ ਜਾਓ, ਉਹਨੇ ਡੱਕਾ ਨਹੀਂ ਤੋੜਿਆ, ਉਹ ਕਹਿ ਰਿਹਾ ਭੁੱਲ ਜਾਓ, ਮੈਂ ਤੂੰ ਉਹਨਾਂ ਨੂੰ ਕਲੀਆਂ ਛੱਡ ਦਿਓ ਤੁਸੀਂ। ਪਹਿਲੀ ਗੱਲ। ਨੰਬਰ 2, ਜੇਕਰ ਬਲਕਿ ਦੇਖੋ ਇੱਕ ਤਰ੍ਹਾਂ ਦਾ ਕਾਨੂੰਨ ਦਾ ਖੌਫ ਇਹਨਾਂ ਲੀਡਰਾਂ ਦੇ ਜੋ ਸੱਤਾ ਵਿੱਚ ਬੈਠੇ ਆ ਉਹਨਾਂ ਦੇ ਦਿਮਾਗ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਹ ਨਾ ਸੋਚਣ ਕਿ ਅਸੀਂ ਸੱਤਾ 'ਚ ਬੈਠੇ ਹਾਂ ਜੋ ਮਰਜ਼ੀ ਕਰ ਲਈਏ। ਉਹਨਾਂ ਨੂੰ ਕਾਨੂੰਨ ਦਾ ਖੌਫ ਨੇ ਡਰ ਉਹਨਾਂ ਦੇ ਡਰ ਹੋਵੇ ਕਿ ਅਸੀਂ 1 ਇਲੈਕਸ਼ਨ ਜਿੱਜੂਗਾ, 2 ਜਿੱਜੂਗਾ, ਜਿੱਦੇ ਮੈਂ ਨਾ ਰਿਹਾ ਤਾਂ ਕੋਈ ਪਤਾ ਨਹੀਂ 30-40 ਸਾਲ ਬਾਅਦ ਮੈਨੂੰ ਆ ਕੇ ਭੁਗਤਣਾ ਪਵੇ। ਸੱਜਣ ਕੁਮਾਰ 35 ਸਾਲ ਦਾ ਸੀ, 71 ਸਾਲ ਦਾ ਹੋ ਕੇ ਉਮਰ ਕੈਦ ਹੋਈ ਆ, ਜੇ 78 ਸਾਲ ਦਾ ਹੋ ਗਿਆ ਜੇਲ੍ਹ ਬੈਠਾ। ਟਾਈਟਲ 38 ਸਾਲ ਦਾ ਸੀ, 80 ਸਾਲ ਦਾ ਅੱਜ ਜਦੋਂ ਉਹਦੇ ਕਤਲ ਦਾ ਮੁਕਦਮਾ ਚੱਲ ਰਿਹਾ। ਦੂਜੇ ਪਾਸੇ 40 ਸਾਲ ਤਾਂ ਪੀੜਤਾਂ ਨੂੰ ਵੀ ਤਾਂ ਹੋ ਗਏ ਨਾਲ ਨਾਲ, ਜਿਹੜੇ ਇਨਸਾਫ਼ ਦੀ ਗੁਹਾਰ ਨੂੰ ਲੈ ਕੇ ਜਾਂ ਇਨਸਾਫ਼ ਦੀ ਤਾਂਘ ਦੇ ਵਿੱਚ ਬੈਠੇ ਨੇ, ਉਹ ਹਜੇ ਪਤਾ ਨਹੀਂ ਕਿੰਨੇ ਸਾਲ ਹੋਰ ਲੱਗਣਗੇ। ਉਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ, ਉਹ ਤਾਂ ਵਿਚਾਰੇ ਡਰ ਡਰ ਦੇ ਧੱਕੇ ਦਿਖਾਈ ਰਹੇ ਆ। ਉਹੀ ਤਾਂ ਮੈਂ ਵੀਡੀਓ ਸੀਰੀਜ਼ ਬਣਾਈ ਹੈ, ਐਵੇਂ ਵੀਡੀਓ ਸੀਰੀਜ਼ ਬਣਾਈ ਹੈ, ਇਹ ਵੀਡੀਓ ਸੀਰੀਜ਼ ਦੇ ਵਿੱਚ ਉਹੀ ਤਾਂ ਦਿਖਾਇਆ ਕਿ ਕਿਵੇਂ ਕਰਕੇ ਪੀੜਿਤ ਤੇ ਨਾਲ ਸਾਡਾ ਮੇਰਾ ਆਪਣਾ ਵੀ ਕਿਸ ਤਰ੍ਹਾਂ ਕਰਕੇ ਅਸੀਂ ਇਹ ਲੜਾਈ ਲੜ ਰਹੇ ਹਾਂ, ਕਿਵੇਂ ਕਿਵੇਂ ਅੜਚਣ ਆ ਰਹੀਆਂ, ਕੀ ਅੜਚਣ ਆ ਰਹੀਆਂ। ਪਰ ਨਾਲ ਦੀ ਨਾਲ ਦੇਖੋ ਗੱਲ ਇਹ ਆ ਕਿ ਕੇਸ ਹੁਣ ਇਸ ਟਾਈਮ ਕਿੰਨੇ ਕੇਸ ਸੀ, 20 ਕੇਸ ਰਹਿ ਗਏ। ਜੇ ਅਸੀਂ ਉਹ 20 ਕੇਸ ਦੇ ਵਿੱਚ ਕਹੀਏ ਜੀ 20 ਦੇ 20 'ਚ ਵੀ ਸਜ਼ਾ ਹੋ ਜਾਵੇ, ਫਿਰ ਵੀ ਕੀ ਉਹ ਇਨਸਾਫ਼ ਹੋਇਆ?
फिर भी कोई इंसाफ होया? जो अज मैं कहा कहूंगा कि जी ये कंप्लीट इंसाफ तो मिलता मिल ही नहीं सकता, अज फिर लोग कहते तुम कहने मिल नहीं सकता। बल्कि मैं तो वकील होने के नाते बीह के बीह किसान सजा दौर करा सकता ना, भी ओ कर लो बारह तुम पिछले कर लो, तो बल्कि 3000-4000 बंदा मारता 25-30 किसान सजा होगी कि इंसाफ होया होगी? पर मतलब नहीं छड़ती है। अगली गल जो दस सब तो बड़ा सिख करैक्टर, सिख करैक्टर हार के थक के डर के छड़ना वो सिख करैक्टर है ही नहीं। ठीक है, कहना सिख करैक्टर नहीं है, पर 1984 तो बाद इक्का दुक्का घटनावां कई थावां तों नजर आईयां, 100 थावां ते तां उस मौके ही ये चीज़ां जिहड़ियां के आइडेंटिफाई कीतियां गईयां। पर पिछे जे कैनेडा दे विच जो सानूं तस्वीर देखण नूं मिली है किते ना किते वो जिक्र वार वार चलदा है कि अजिहियां चीज़ां वार वार हुंदियां नजर आ रहियां। तुहानूं लगदा वी ये लोकतंत्र दी तुसीं गल करदे हो वो असर मुक गया जां वो चीज़ां बदल गईयां ने? देखो पहली गल मैं तुहानूं दस्सां, इन्हां दोनां नूं पहली गल तो 1984 जो साड़ी सजा है वो वाली गल, दूजी गल जो कनेडा का मैं पहला भी मीडिया च बयान दे चुके हैं, ये बहुत ये जो एक तरह की पंजाब की शांति भंग करन दी इत्थे डिस्टर्ब कर ली, ये हिंदू सिखां की लड़ाई कर ली, ये बड़िया कोशिशां हो रही, बड़िया बड़िया उच्चे लैवल से साजिशां हो रही, ये सानू आप नू समझना चाहिए कि आपां उन्हां दे हत्थां च ना खेलीए। स्वच्छ फुलका का कहना है कि हालांकि इंसाफ को लेकर लड़ाई तो बहुत लंबे समय तो लड़ रहे हैं, अगे भी जी लड़ाई लड़ते हुए नजर आएंगे, पर कितना कितने कोशिश जरूर हो रही है भाईचारा संघ तोड़न की, वो तो सावधान रहने की लड़ है। मैं सरखाब अपने सहयोगी जगदीश के नाल रोजाना स्पोक्समैन चंडीगढ़।